ਚੰਨ ਰੋੜਿਆ 'ਚ ਆਵਾਮ ਪ੍ਰੋਗਰੈਸ ਮਿਸ਼ਨ ਹੈ ਐਗਰੀਕਲਚਰ ਔਰ ਰੈਵਨਿਊ ਡਿਪਾਰਟਮੈਂਟ ਦੇ ਖਿਲਾਫ ਪ੍ਰੋਟੈਸਟ ਕੀਤਾ। ਇਹ ਜਿੰਨੇ ਵੀ ਕਿਸਾਨ ਹੈ ਇਹਦੇ ਜਿਹੜੇ ਪ੍ਰਧਾਨ ਮੰਤਰੀ ਨਿਧੀ ਯੋਜਨਾ 'ਚ 2-2 ਹਜ਼ਾਰ ਰੁਪਇਆ ਕਿਸਤ ਆਉਣੀ ਸੀ, ਉਹ ਅੱਜ ਤੱਕ ਇਹਦੀ ਕੋਈ ਕਿਸਤ ਨਹੀਂ ਆਈ ਹੈ, ਔਰ ਜਿਹਦੀ ਆਈ ਹੈ ਉਹ ਕੋਈ 10% ਲੋਕ ਨੇ ਜਿਹਦੀ ਆਈ ਹੈ, ਔਰ 5-5, 6-6 ਵਾਰੀ ਐਗਰੀਕਲਚਰ ਦੇ ਡਿਪਾਰਟਮੈਂਟ ਦੇ ਜਾਈਏ ਚੱਕਰ ਕੱਟੀ ਚੁੱਕੇ ਨੇ, ਔਰ ਇਹਦੀ ਕੋਈ ਸੁਣਵਾਈ ਨਹੀਂ ਹੋਈ ਇਹਦੀ, ਔਰ ਕੋਈ ਰੈਵਨਿਊ ਡਿਪਾਰਟਮੈਂਟ ਨਹੀਂ ਮੰਨਿਆ ਕਰਦਾ, ਔਰ ਇਹਨਾਂ ਸਾਰਿਆਂ ਕੋਈ 50-50 ਚੱਕਰ ਤਹਿਸੀਲਦਾਰ ਕੋਲ ਲਾਈ ਉੜੇ, ਐਗਰੀਕਲਚਰ ਦਫ਼ਤਰ ਲਾਈ ਉੜੇ, ਚੀਫ ਦੇ ਦਫ਼ਤਰ ਲਾਈ ਉੜੇ, ਕੋਈ ਇਹਦੀ ਸੁਣਵਾਈ ਨਹੀਂ ਹੋਈ, ਕੋਈ ਪ੍ਰਧਾਨ ਮੰਤਰੀ ਨਿਧੀ ਯੋਜਨਾ ਤਹਿਤ ਦਿੱਤੇ ਖਾਤੇ ਕੋਈ ਪੈਸਾ ਨਹੀਂ ਆਇਆ। ਇਸ ਕਰਕੇ ਇਹਨਾਂ ਅੱਜ ਛਣ ਰੋੜਿਆਂ ਨੇ ਪ੍ਰੋਟੈਸਟ ਕੀਤਾ, ਆਵਾਮ ਪ੍ਰੋਗਰੈਸ ਮਿਸ਼ਨ ਹੈ, ਔਰ ਆਉਣ ਵਾਲੇ ਦਿਨਾਂ 'ਚ ਇਹ ਰੋਡ ਬਲਾਕ ਕਰਨ ਰੈਵਨਿਊ ਡਿਪਾਰਟਮੈਂਟ ਮੁਰਦਾਬਾਦ, ਐਗਰੀਕਲਚਰ ਡਿਪਾਰਟਮੈਂਟ ਮੁਰਦਾਬਾਦ, ਰੈਵਨਿਊ ਡਿਪਾਰਟਮੈਂਟ ਮੁਰਦਾਬਾਦ।